ਹਾਂਜੀ ਫਿਰ ਕਿਵੇਂ ਹੋ ਸਾਰੇ ਜਣੇ ਉਮੀਦ ਕਰਦੇ ਆ ਕਿ ਸਾਰੇ ਜਣੇ ਠੀਕ ਠਾਕ ਹੋਵੋਗੇ ਸਾਰੇ ਵੀਰਾਂ ਦਾ ਅਸੀਂ ਤਹਿ ਦਿਲੋਂ ਸਵਾਗਤ ਕਰਦੇ ਆ ਤੁਹਾਡੇ ਆਪਦੇ YouTube ਚੈਨਲ ਟਰੈਕਟਰ ਬਾਜ਼ਾਰ 2 ਤੇ ਤੇ ਜਿੰਨੇ ਵੀਰ ਨਵੇਂ ਆਏ ਨੇ ਜੇ ਤੁਹਾਨੂੰ ਸਾਡਾ ਚੈਨਲ ਵਧੀਆ ਲੱਗਦਾ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਜੋ ਸਾਡੇ WhatsApp ਦੇ ਨੰਬਰ ਨੇ 7740945620 ਤੁਹਾਨੂੰ ਪੀਲੇ ਅੱਖਰਾਂ ਦੇ ਵਿੱਚ ਆਪਾਂ ਥੱਲੇ ਸ਼ੋਅ ਕਰਦੇ ਪਏ ਆ ਪੰਜ ਤੋਂ 10 ਫੋਟੋਆਂ ਭੇਜ ਕੇ ਸਾਡੇ ਕੋਲੋਂ ਫ੍ਰੀ ਦੇ ਵਿੱਚ ਢਲਵਾ ਸਕਦੇ ਹੋ ਤੇ ਅੱਜ ਆਪਣੇ ਕੋਲ ਆ ਜਾਂਦੀ ਸਭ ਤੋਂ ਪਹਿਲਾਂ ਕੇ GS ਤੂੜੀ ਵਾਲਾ ਰੀਪਰ ਮਾਡਲ ਦੀ ਗੱਲ ਕਰ ਲੈਨੇ ਜੀ ਸਭ ਤੋਂ ਪਹਿਲਾਂ ਆਪਾਂ ਇਹਦੇ ਇਹ 2018 ਮਾਡਲ ਆ ਤੇ 60 ਪੈਸੇ ਬਲੇਡ ਪਏ ਹੋਏ ਸੀਗੇ ਤੇ ਬਾਕੀ ਹਾਲਤ ਵਗੈਰਾ ਵਾ ਓਕੇ ਆ ਪੂਰੀ ਗੁੱਟ ਹਾਲਤ ਆ ਕੋਈ ਕਮੀ ਪੇਸ਼ੀ ਨਹੀਂ ਹੈਗੀਗੀ ਫਰੋਜ਼ਪੁਰ ਏਰੀਏ ਵਿੱਚ ਖੜੀ ਹੋਈ ਹੈ ਜੀ 2 ਲੱਖ ਤੇ 45000 ਰੁਪਿਆ ਕੀਮਤ ਰੱਖੀ ਗਈ ਆ 2 ਲੱਖ 45000 ਰੁਪਿਆ ਕੀਮਤ ਰੱਖੀ ਗਈ ਆ ਬਾਕੀ ਮੌਕੇ ਤੇ ਘਟਬੱਧ ਕੀਤਾ ਜਾਊਗਾ ਮੜਾ ਇਹਨੇ ਇੱਕ ਵਾਰੀ ਸੌਰੀ ਡਿਮਾਂਡ ਕਨਫਰਮ ਜੀ ਕਰ ਲਿਓ ਮਾੜੀ ਜੀ ਇੱਕ ਵਾਰ ਜਰੂਰ ਕਰ ਲਿਓ ਮਲਾ ਮੈਥੋਂ ਗਲਤੀ ਨਾਲ ਕਾਪੀ ਤੇ ਘੱਟ ਲਿਖੀ ਗਈ ਸ਼ਾਇਦ ਅ ਬਾਕੀ ਮੈਂ ਐਡਿਟ ਕਰਨ ਬਲੇ ਜੇ ਮੈਨੂੰ ਘੱਟ ਲੱਗਦੀ ਹੋਈ ਤਾਂ ਮੈਂ ਅਡਜਸਟ ਕਰ ਦੂੰਗਾ ਤੁਹਾਨੂੰ ਸਕਰੀਨ ਦੇ ਉੱਪਰ ਲੱਗ ਕੇ ਦੱਸ ਦੂੰਗਾ ਨੰਬਰ ਮਾਲਕਾਂ ਦੇ ਥੱਲੇ ਦਿੱਤੇ ਜਾ ਰਹੇ ਨੇ ਤੇ ਅੱਗੇ ਆਪਣੇ ਕੋਲ ਆ ਜਾਂਦਾ ਜੀ ਆਇਆ ਹੈਗਾ ਜੀ ਸੋਨਾਲਿਕਾ 60 ਵਲਡ ਟਰੈਕ ਸੋਨਾਲਿਕਾ 60 ਵਲਡ ਟਰੈਕ ਆ ਜਾਂਦਾ ਜੀ 2015 ਮਾਡਲ ਹੈ ਇਹ ਟਰੈਕਟਰ 2015 ਮਾਡਲ ਆ ਸਾਫ ਹਾਲਤ ਦੇ ਵਿੱਚ ਆ 24 ਸਪੀਡ ਹੁੰਦੀਆਂ ਜੀ ਇਹਦੇ ਵਿੱਚ ਵੈਸੇ ਤਾਂ ਤੇ ਪੂਰਾ ਚੰਗਾ ਹੁੰਦਾ ਵਾ ਟਰੈਕਟਰ ਜਾਨਕੀ ਆਪਾਂ ਕਹਿ ਲਓ ਵੀ 3 ਸਪੀਡ ਜਿਹਨੂੰ ਆਪਾਂ ਕਹਿੰਦੇ ਨੇ 3 ਸਪੀਡ ਦਾ ਟਰੈਕਟਰ ਸੁਪਰ ਸੀਟਰ ਤੇ ਬਹੁਤ ਵਧੀਆ ਚੱਲਦੇ ਆ ਅੱਗੇ ਤੁਸੀਂ ਵੇਟ ਬੂਟ ਟੰਗ ਲਿਓ ਜੇ ਫੇਰ ਪੂਰਾ ਜੰਮ ਕੇ ਤੁਰਦਾ ਉਦੋਂ ਵੀ ਜਾਂਦੇ ਵੈਸੇ ਸੋਨਾਲੀਕਾ ਛੇਤੀ ਉੜਦਾ ਬਣੇਗਾ ਇਹ ਡਬਲ ਡਿਸਟਰੀਬਿਊਟਰ ਹੁੰਦਾ ਪਾਵਰ ਸਟੀਅਰਿੰਗ ਹੁੰਦਾ ਵਾ ਤੇ ਨਵੇਂ ਟਾਇਰ ਆਰੇ BKT ਦੇ ਨਵੇਂ ਟਾਇਰ ਦੱਸਦੇ ਸੀਗੇ BKT ਦੇ ਤੇ 530000 ਰੁਪਇਆ ਕੀਮਤ ਹੈ ਜੀ 530000 ਰੁਪਇਆ ਕੀਮਤ ਹੈ ਨੰਬਰ ਮਾਲਕਾਂ ਦਾ ਥੱਲੇ ਦੇ ਰਹੇ ਆਂ ਫੋਨ ਕਰਕੇ ਖਰੀਦ ਸਕਦੇ ਹੋ ਜਿੰਨਾ ਵੀਰਾਂ ਨੇ ਲੈਣਾ ਹੋਵੇ ਤੇ ਪੂਰਾ ਸਾਫਟ ਟਰੈਕਟਰ ਪਿਆ ਹੋਇਆ ਤੇ ਅੱਗੇ ਆਪਣੇ ਕੋਲ ਆ ਜਾਂਦਾ ਜੀ ਮੈਸੀ ਫਰਬੂਸ਼ਨ 9500 ਵੈਸੀ ਫਰਬੂਸ਼ਨ 9500 ਟਰੈਕਟਰ ਆ ਜਾਂਦਾ ਕਿ ਆਪਣੇ ਕੋਲ ਸੇਲ ਦੇ ਵਿੱਚ ਇਹ ਹੈਗਾ ਜੀ 2017 ਮਾਡਲ ਤੇ ਇੱਕ ਮੇਰੀ ਰਿਕਵੈਸਟ ਆ ਭਰਾਵੋ ਜਿਹੜੀ ਆਪਾਂ ਵੀਡੀਓ ਪਾਈ ਸੀ ਸਵੇਰੇ ਉਹ ਮੈਂ ਡਰਾਜ ਜੋ ਉਹ ਸੀਗਾ ਹੋ 2017 ਮਾਡਲ 1.5 ਲੱਖ ਵਾਲਾ ਉਹ ਵੀਡੀਓ ਵੇਖ ਲੈ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੀ ਹੋਈ ਆ ਤੇ ਇੱਕ ਜੇ ਕਿਸੇ ਵੀਰ ਕੋਲ ਨਾ ਫੋਰਡ ਹੋਣ 3600 ਬਕਾਊ ਤੇ ਦੱਸਿਓ ਯਾਰ ਜਰੂਰ ਤੇ 2017 ਮਾਡਲ ਆ ਭਰਾ ਉਹ ਟਰੈਕਟਰ ਇਹ 80 ਪੈਸੇ ਨਾਲ ਦੇ ਟਾਇਰ ਨੇ ਟਰੈਕਟਰ ਦੇ ਮਾਰਕਿਆਂ ਦੇ ਅੰਦਰ ਆ ਇੰਜਨ ਗੇਅਰ ਲੈਫਟ ਮਗਰ ਲੈ ਇਸੇ ਦਾ ਸੀਲ ਦਾ ਟਰੈਕਟਰ ਕੋਈ ਕੰਮ ਨਹੀਂ ਕੋਈ ਕਮੀ ਪੇਸ਼ੀ ਨਹੀਂ ਰੰਗ ਰੂੰਗਾ ਇਹਨਾਂ ਸਾਰਾ ਰਜਨ ਵਾਲਾ ਤੇ ਪੂਰਾ ਲਿਸ਼ਕਦਾ ਰੰਗ ਆ ਠੀਕ ਹੈ ਜੀ ਕੋਈ ਝਰੀੜ ਨਹੀਂ ਕਿ ਟਰੈਕਟਰ ਦੇ ਉੱਪਰ ਪੂਰੀ ਸੰਭਾਈ ਦੇ ਵਜੇ ਟਰੈਕਟਰ ਰੱਖਿਆ ਹੋਇਆ ਸੀ 5 ਲੱਖ ਤੇ 25000 ਰੁਪਿਆ ਕੀਮਤ ਆ ਮੋਗਾ ਏਰੀਆ ਵਿੱਚ ਟਰੈਕਟਰ ਖੜਾ ਹੋਇਆ ਹੈ ਤੇ ਜੋ ਮਾਲਕਾਂ ਦੇ ਸੰਪਰਕ ਦੇ ਨੰਬਰ ਆ ਉਹ ਤੁਹਾਨੂੰ ਆਪਾਂ ਥੱਲੇ ਦੇ ਰਹੇ ਆ ਇਹਨਾਂ ਨੰਬਰਾਂ 'ਤੇ ਫੋਨ ਕਰਕੇ ਜਾਂ ਫਿਰ ਤੁਸੀਂ WhatsApp ਦੇ ਉੱਪਰ ਗੱਲਬਾਤ ਕਰਕੇ ਇਹ ਜਿਹੜਾ ਟਰੈਕਟਰ ਖਰੀਦ ਸਕਦੇ ਹੋ ਪੂਰਾ ਓਕੇ ਗੁੱਡ ਸਾਫ਼ ਹਾਲਤ ਦੇ ਵਿੱਚ ਟਰੈਕਟਰ ਪਿਆ ਹੋਇਆ ਹੈ ਪੂਰਾ ਓਕੇ ਆ ਜੀ ਅੱਗੇ ਆ ਜਾਂਦਾ ਜਗਜੀਤ ਆਲਿਆਂ ਦਾ ਤੂੜੀ ਵਾਲਾ ਰੀਪਰ ਬਿਲਕੁਲ ਅਨਟੱਚ 2021 ਮਾਡਲ ਹੈ ਲਫਾਫੇ ਲੂਗੇ ਸਾਰਾ ਕੁਝ ਉਵੇਂ ਹੀ ਆ A to Z ਪੂਰਾ ਐਨ ਰੀਪਰ ਨਵਾਂ ਹੋਇਆ ਏ ਨਵਾਂ ਵਾਂ ਠੀਕ ਹੈ ਤੇ ਕੀਮਤ ਇਹ ਜਿਹੜੀ ਉਹ ਹੈਗੀ ਆ 2,80,000 ਰੁਪਈਆ ਚੀਮਾ ਮੰਡੀ ਏਰੀਏ ਵਿੱਚ ਖੜੀ ਹੋਈ ਆ 2,80,000 ਰੁਪਈਆ ਕੀਮਤ ਰੱਖੀ ਗਈ ਹੈ ਇਹਦੀ ਤੇ ਬਾਕੀ ਮੌਕੇ ਤੇ ਆਦੀ ਸੀ ਥੋੜਾ ਬਹੁਤਾ ਕੱਟਬਾ ਦ ਜ਼ਰੂਰ ਕਰਾਂਗੇ ਲੈਸ ਥੋੜਾ ਬਹੁਤਾ ਕੀਤਾ ਜਾਊਗਾ ਨੰਬਰ ਆ ਜਿਹੜੇ ਮਾਲਕਾਂ ਦੇ ਥੱਲੇ ਦੇ ਰਹੇ ਆ ਆਪਾਂ ਫੋਨ ਕਰਕੇ ਤੁਸੀਂ ਇਹ ਰੀਪਰ ਖਰੀਦ ਸਕਦੇ ਹੋ ਇੰਨਾ ਵੀਰਾਂ ਕੋਲੋਂ ਪੂਰਾ ਜਮਾਂ ਬ੍ਰਾਂਡ ਨਿਊ 2021 ਮਾਡਲ ਜਮਾਂ ਅਨਟੱਚ ਪੀਸ ਆ ਇਹ ਬਿਲਕੁਲ ਨਹੀਂ ਚੜਾਇਆਗਾ ਬਿਲਕੁਲ ਵੀ ਨਹੀਂ ਸਾਰੇ ਲਿਫਾਫੇ ਲਫੂਫੇ ਉਦਾਂ ਹੀ ਚੜੇ ਹੋਏ ਨੇ ਇਹ ਨਵਾਂ ਹੈਗਾ 325 ਖਣੀ 32 ਤਾ ਸੋ ਤੁਹਾਨੂੰ ਘੱਟ ਰੇਟ ਤੇ ਮਿਲਦਾ ਪਿਆ ਹੈ ਤੇ ਅੱਗੇ ਆਪਣੇ ਕੋਲ ਆ ਜਾਂਦਾ ਜੀ ਪੌਲ ਸਪੋਰਟਸ ਕੰਪਿਊਟਰ ਕਰਾਹਾ ਜਿਹੜਾ ਸਪੋਰਟਸ ਸੀਰੀਜ਼ ਦੇ ਵਿੱਚ ਕੰਪਿਊਟਰ ਕਰਾਹਾ ਹੁੰਦਾ ਜੇ ਉਹੋ ਕੰਪਿਊਟਰ ਕਰਾਹਾ ਵਾ ਪੌਲ ਵਾਲਿਆਂ ਦਾ ਹਾਲਤ ਵਗੈਰਾ ਤੁਸੀਂ ਵੇਖ ਹੀ ਸਕਦੇ 2019 ਮਾਡਲ ਹੈ ਇਹ 2019 ਮਾਡਲ ਆ 90 ਤੋਂ 95 ਪੈਸੇ ਜੋਏ ਦੇ ਟਾਇਰ ਨਹੀਂ ਤੇ ਲਾਈਕਾ ਦਾ ਸਿਸਟਮ ਲੱਗਾ ਹੋਇਆ ਹੈ ਜੀ ਇਹਦੇ ਉੱਪਰ ਸਿਸਟਮ ਵਗੈਰਾ ਆਲ ਓਕੇ ਆ ਸਿਸਟਮ ਵਿੱਚ ਵੀ ਕੋਈ ਕਮੀ ਪੇਸ਼ੀ ਨਹੀਂ ਹੈਗੀਗੀ ਠੀਕ ਹੈ ਜੀ ਵਧੀਆ ਵਰਕਿੰਗ ਕੰਡੀਸ਼ਨ ਦੇ ਵਿੱਚ ਆ ਰੰਗ ਰੂੰਗਾ ਜੋ ਸਾਰਾ Ориਜਨਲ ਆ ਜਿਹੜਾ ਜਾਨਕੀ ਜਿਹੜੋ ਬਣਿਆ ਸੀ ਉਹੀ ਰੰਗ ਆ ਬਾਕੀ ਥੋੜਾ ਬਹੁਤਾ ਹੀ ਮੇਰੇ ਸਾਹਮਣੇ ਰਹਿ ਗਿਆ ਕਿਉਂਕਿ ਰੰਗ ਰੂਗ ਪੂਰਾ ਪਿਆ ਇਹਦਾ 2019 ਮਾਡਲ ਹੋ ਕੇ ਵੀ ਵਾਵਾ ਰੰਗ ਦਾ ਸਪੋਰਟਸ ਸੀਰੀਜ਼ ਦਾ ਇਹ ਤੇ ਕੀਮਤ ਇਹਦੀ ਸੋਨ ਨੂੰ ਫੋਨ ਤੇ ਦੱਸੀ ਜਾਵੇਗੀ ਜੋ ਵੀ ਮਾਲਕਾਂ ਦੇ ਸੰਪਰਕ ਦੇ ਨੰਬਰ ਆ ਉਹ ਤੁਹਾਨੂੰ ਆਪਾਂ ਥੱਲੇ ਦੇ ਰਹੇ ਹਾਂ ਇਹਨਾਂ ਨੰਬਰਾਂ 'ਤੇ ਫੋਨ ਕਰਕੇ ਜਾਂ ਫਿਰ ਤੁਸੀਂ WhatsApp ਦੇ ਉੱਪਰ ਗੱਲਬਾਤ ਕਰਕੇ ਇਹਨਾਂ ਵੀਰਾਂ ਕੋਲੋਂ ਜਿਹੜਾ ਇਹ ਕੰਪਿਊਟਰ ਖਰਾਵਾ ਖਰੀਦ ਸਕਦੇ ਹੋ ਪੂਰਾ ਵਧੀਆ ਪਿਆ ਹੋਇਆ ਵਾ ਆਲ ਓਕੇ ਆ ਇੱਕ ਜਰੂਰ ਦੱਸਿਓ ਭਰਾਵੋ ਕਮੈਂਟ ਕਰਕੇ 3600 ਫੋਰਵਰਡ ਸੇਲ ਦੇ ਲਈ ਹੋਣ ਜਿੰਨਾਂ ਜਿੰਨਾਂ ਕੋਲ ਠੀਕ ਹੈ ਜੀ ਚਾਹੀਦੇ ਨੇ ਆ ਮਾਡਲ ਹੋਣ ਬਈ ਯਾਨੀ ਕਿ 90 ਤੋਂ ਲੈ ਕੇ 95 95 ਤੱਕ ਤੇ ਡਿਮਾਂਡ ਯਾਰ ਸਹੀ ਸਹੀ ਦੱਸ ਦਿਓ ਅੱਗੇ ਆਪਣੇ ਕੋਲ ਆ ਜਾਂਦਾ ਜੀ ਮਹਿੰਦਰਾ ਅਰਜਨ ਨੋਵੋ 605 ਇਹ ਹੈਗਾ 2017 ਮਾਡਲ 2017 ਮਾਡਲ ਦਾ ਟਰੈਕਟਰ ਇਹ ਤੇ ਟਰੈਕਟਰ 755 ਘੰਟੇ ਚੱਲਿਆ ਹੋਇਆ ਦੱਸਦੇ ਨੇ ਠੀਕ ਹੈ ਜੀ 755 ਘੰਟੇ ਟਰੈਕਟਰ ਚੱਲਿਆ ਹੋਇਆ ਦੱਸ ਰਹੇ ਨੇ ਮਾਲਕ ਪੂਰਾ ਓਕੇ ਪਿਆ ਹੋਇਆ ਸਾਫ ਹਾਲਤਰੇ ਵਿੱਚ 90 ਪੈਸੇ ਨਾਲ ਦੇ ਟਾਇਰ ਆ 90 ਪੈਸੇ ਨਾਲ ਦੇ ਮਾਰਕਿਆਂ ਦੇ ਅੰਦਰ ਟਾਇਰ ਦੱਸਦੇ ਪਏ ਨੇ ਠੀਕ ਹੈ ਜੀ ਬਾਕੀ ਟਰੈਕਟਰ ਜੋ ਵਾਹ ਕੇ ਚਲਾ ਕੇ ਦੇਣ ਦੀ ਫੁੱਲ ਗਾਰੰਟੀ ਆ ਉੱਥੇ ਤੁਸੀਂ ਜਾ ਕੇ ਪੂਰਾ ਟਰੈਕਟਰ ਚੈੱਕ ਕਰ ਸਕਦੇ ਹੋ ਟਰੈਕਟਰ ਵਿੱਚ ਕੋਈ ਕਮੀ ਪੇਸ਼ੀ ਨਹੀਂ ਹੈਗੀ ਪੂਰਾ ਓਕੇ ਵਧੀਆ ਹਾਲਤਰੇ ਵਿੱਚ ਆ ਰੰਗ ਰੂੰਗਾ ਜੋ ਵੀ ਟਰੈਕਟਰ ਦਾ ਸਾਰਾ Ориਜਨਲ ਆ ਜਿਹੜਾ ਏਜੰਸੀ ਚੋਂ ਆਇਆ ਸੀਗਾ ਤੇ ਭੋਰਾ ਰੰਗ ਨਹੀਂ ਵੱਜਿਆ ਹੋਗਾ ਟਰੈਕਟਰ ਨੂੰ ਦੁਬਾਰਾ ਨਰੇਜਨ ਰੰਗਾ ਸਾਰਾ ਤੇ ਕੀਮਤ ਦੀ ਗੱਲ ਕਰ ਲੈਣੇ ਆਪਾਂ ਟਰੈਕਟਰ ਦੀ ਉਹ ਹੈਗੀ 6 ਲੱਖ ਤੇ 45000 ਰੁਪਇਆ 6 ਲੱਖ 45000 ਰੁਪਇਆ ਕੀਮਤ ਆ ਕਿਉਂਕਿ ਸੁਭਾਈ ਦਾ ਮੁੱਲ ਹੁੰਦਾ ਭਰਾਵੋ ਹਰ ਇੱਕ ਦਾ ਤੇ 750 ਘੰਟੇ ਹੀ ਚੱਲਿਆ ਹੋਇਆ ਕੋਈ ਬਾਲਾ ਜਾਰੇ ਨਹੀਂ ਚੱਲਿਆ 17 ਮਾਡਲ ਹੋ ਕੇ ਵੀ ਨਹੀਂ ਤਾਂ 15 1500 ਘੰਟੇ ਟਪਾਏ ਹੁੰਦੇ ਆ ਅੱਗਲੀ ਤਾਂ ਇੰਨੇ ਮਨੀ ਕਈਆਂ ਤੇ ਇੰਦੂ ਵੀ ਜ਼ਿਆਦੇ ਹੁੰਦੇ ਆ ਇੱਕ ਬੰਦੇ ਨੇ ਦੱਸਿਆ ਸੀਗਾ ਉਹਨਾਂ ਕੋਲ ਕਬੋਟਾ ਲੈ ਜੀ 4x4 ਤੇ 1 ਸਾਲ ਦੇ ਅੰਦਰ ਅੰਦਰ 2000 ਕਿਲੋਟ ਟਪਾਇਆ ਉਹਨਾਂ ਦਾ ਤੇ ਜੋ ਚੱਲੀ ਜਾਂਦਾ ਰਹਿੰਦਾ ਫਿਰ ਟਰੈਕਟਰ ਇੰਨਾ ਕੁ ਚੱਲ ਵੀ ਪੈਂਦਾ ਏ ਘੱਟ-ਕੁਟ ਚੱਲਿਆ ਹੋਊਗਾ ਤਾਂ 750 ਕਿਲੋਟ ਹੀ ਆ ਬਸ ਟਰੈਕਟਰ ਦਾ ਤੇ ਹੁਣ ਅੱਗੇ ਆਪਾਂ ਗੱਲ ਕਰ ਲੈਣੇ ਆ ਜੀ ਅੱਗੇ ਆਪਣੇ ਕੋਲ ਆ ਜਾਂਦਾ ਜੀ ਮਹਿੰਦਰਾ 265 DI ਮਹਿੰਦਰਾ 265 DI ਟਰੈਕਟਰ 1994 ਮਾਡਲ ਹੈ ਜੀ 1994 ਮਾਡਲ ਦਾ ਟਰੈਕਟਰ ਇਹ ਪੂਰਾ ਸਾਫ਼ ਪਿਆ ਤੁਸੀਂ ਹਾਲਤ ਐ ਨਾ ਵੇਖ ਸਕਦੇ ਹੋ ਟਰੈਕਟਰ ਦੀ ਪੂਰੀ ਓਕੇ ਹਾਲਤ ਪਈ ਹੋਈ ਹੈ ਕੋਈ ਕਮੀ ਪੇਸ਼ੀ ਨਹੀਂ ਹੈਗੀ ਟਰੈਕਟਰ ਦੇ ਵਿੱਚ ਵਾਹ ਕੇ ਚਲਾ ਕੇ ਦੇਣ ਦੀ ਫੁੱਲ ਗਾਰੰਟੀ ਆ ਪੀਵੀ ਪੀਵੀ ਨੰਬਰ ਆ ਟਰੈਕਟਰ 65 ਪਹੇ ਟਾਇਰ ਨੇ ਪੀਵੀ ਨੰਬਰ ਆ 65 ਪਹੇ ਟਾਇਰ ਨੇ ਟਰੈਕਟਰ ਦੇ ਤੇ ਨਵੀਂ ਬੈਟਰੀ ਆ ਟਰੈਕਟਰ ਦੀ ਠੀਕ ਹੈ ਜੀ ਵਾਹ ਕੇ ਚਲਾ ਕੇ ਦੇਣ ਦੀ ਫੁੱਲ ਗਾਰੰਟੀ ਆ ਬਾਗਾ ਪ੍ਰਾਣਾ ਏਰੀਆ ਵਿੱਚ ਖੜਾ ਹੋਇਆ ਜੀ ਬਾਗਾ ਪ੍ਰਾਣਾ ਪਿੰਡ ਆ ਜੀ ਮੋਗੇ ਜ਼ਿਲ੍ਹੇ ਵਿੱਚ ਪੈਂਦਾ ਇਹ ਤੇ ਜੋ ਵੀ ਨੰਬਰ ਨੇ ਮਾਲਕਾਂ ਦੇ ਆਪਾਂ ਥੱਲੇ ਦੇ ਰਹੇ ਹਾਂ ਇਹਨਾਂ ਨੰਬਰਾਂ 'ਤੇ ਫੋਨ ਕਰਕੇ ਤੁਸੀਂ ਰੇਟ ਪੁੱਛ ਸਕਦੇ ਹੋ ਰੇਟ ਸਾਨੂੰ ਫੋਨ 'ਤੇ ਹੀ ਦੱਸਿਆ ਜਾਵੇਗਾ ਮਾਲਕਾਂ ਵੱਲੋਂ ਇਹ ਕਿਹਾ ਗਿਆ ਵਾ ਠੀਕ ਹੈ ਜੀ ਇਹਨਾਂ ਨੰਬਰਾਂ 'ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਇਹ ਵਾਲਾ ਟਰੈਕਟਰ ਬਾਕੀ ਜਿਨ੍ਹਾਂ ਕੋਲ ਪ੍ਰਾਉ ਜੋਨਡਿਗਰ ਹੁੰਦੇ ਆ ਇਹ ਟਰੈਕਟਰ ਜਾਦੀ ਉਹਨਾਂ ਕੋਲ ਹੀ ਤੁਹਾਨੂੰ ਦੇਖਣ ਨੂੰ ਮਿਲ ਲਗੇ ਕਿਉਂਕਿ ਇਹਨਾਂ ਦਾ ਤੇਲ ਦਾ ਖਰਚਾ ਬਹੁਤ ਜ਼ਿਆਦਾ ਘੱਟ ਹੁੰਦਾ ਮਹਿੰਦਰਾ ਦਾ ਤੇ ਉਹ ਫਿਰ ਨਾਲ ਹੀ ਰੱਖਣੇ ਪੈਂਦੇ ਆ ਜੋਨਡਿਗਰ ਦੇ ਕਿਉਂਕਿ ਚੌਂਡਿਗਰ ਟੋਰੇ ਫੇਰੇ ਵਾਸਤੇ ਨਹੀਂ ਹੈਗਾ ਟਰੈਕਟਰ ਤੇਲ ਵਾਲਾ ਖਾ ਜਾਂਦਾ ਅੱਗੇ ਆ ਜਾਂਦਾ ਜੀ 855 ਸਵਰਾਜ 855 ਆ ਜਾਂਦਾ ਕਿ ਸੇਲ ਦੇ ਵਿੱਚ ਇਹ ਹੈਗਾ ਜੀ 2011 ਮਾਡਲ 2011 ਮਾਡਲ ਆ 85 ਪੈਸੇ ਟਾਇਰ ਨੇ ਦੱਸਦੇ ਪਏ ਠੀਕ ਹੈ ਜੀ ਰਿਵਰਸ ਪੀਟੀਓ 3 ਸਟਾਰ ਰੈਟਰ ਵਿਦਾਊਟ ਪਾਵਰ ਵਾਲਾ ਪਾਵਰ ਸਟੀਰਿੰਗ ਨਹੀਂ ਹੈਗਾਗਾ ਬਾਕੀ ਡੈਕ ਡੁੱਕ ਲੱਗਾ ਹੋਇਆ ਜੀ ਛੋਟਾ ਉਹ ਨਾਲ ਦੇਣਗੇ ਮੂਰਲੇ ਟਾਇਰ ਆ ਜਿਹੜੇ ਇਹਦੇ ਉਹ ਹੈਗੇ ਜੀ ਨਵੇਂ ਮਗਰਲੇ ਟਾਇਰ ਹੈਗੇ 85 ਪੈਸੇ ਬੰਪਰ ਬੰਪਰ ਲੱਗਾ ਹੋਇਆ ਐਕਸਟਰਾ ਲਾਈਟਾਂ ਵਗੈਰਾ ਲੱਗੀਆਂ ਹੋਈਆਂ ਨੇ ਬੰਪਰ ਨੂੰ ਬਰਾਂਡੇ ਦੇ ਵਿੱਚ ਖੜਾ ਹੋਇਆ ਜੀ ਕੋਈ ਤੁੱਪ ਨਹੀਂ ਪੈਂਦੀ ਕਿ ਟਰੈਕਟਰ ਨੂੰ ਠੀਕ ਹੈ ਜੀ ਅੱਗੇ ਜਾਲੀ ਜੂਲੀ ਲੱਗੀ ਹੋਈ ਹੈ ਬਰਾਂਡੇ ਦੇ ਤੇ ਕੀਮਤ ਰੱਖੀ ਗਈ ਹੈ ਜੀ ਸੰਭਾਈ ਦੇ ਮੁੱਲ ਕਾਰਨ 3 ਲੱਖ ਤੇ 90000 ਰੁਪਇਆ 3 ਲੱਖ 90000 ਰੁਪਇਆ ਰੱਖੀ ਗਈ ਆ ਤੇ ਬਾਕੀ ਥੋੜੀ ਡਿਮਾਂਡ ਵੱਧ ਚੁੱਕੀ ਹੈ ਜੀ ਹੁਣ ਵੀ ਟਰੈਕਟਰ ਦੀ ਰੇਟ ਵਾਚੁੱਕੇ ਨੇ ਪੁਰਾਣਿਆਂ ਦੇ ਤੇ ਹੁਣ ਆਪਾਂ ਅੱਗੇ ਗੱਲ ਕਰ ਲੈਨੇ ਆ ਜੀ ਅੱਗੇ ਆਪਣੇ ਕੋਲ ਸੇਲ ਦੇ ਵਿੱਚ ਆ ਜਾਂਦਾ ਜੀ ਮਹਿੰਦਰਾ 575 ਡੀ ਆਈ ਟਰੈਕਟਰ ਇਹ ਹੈਗਾ ਜੀ 2019 ਮਾਡਲ 2019 ਮਾਡਲ ਟਰੈਕਟਰ ਇਹ ਤੇ 20 ਦੀ ਕਾਪੀ ਬਣੀ ਹੋਈ ਹੈ ਜੀ 800 ਘੰਟਾ ਟਰੈਕਟਰ ਚੱਲਿਆ ਹੋਇਆ ਜੀ ਕੋਲ ਇਹ ਤੇ ਰਾਜਸਥਾਨ ਏਰੀਆ ਵਿੱਚ ਖੜਾ ਹੋਇਆ ਤੇ ਚਾਰੋਂ ਟਾਇਰ ਨਵੇਂ ਨੇ ਚਾਰੋਂ ਟਾਇਰ ਨਵੇਂ ਨੇ 28 ਦਿਨ ਹੋ ਗਏ ਨੇ ਟਾਇਰ ਚੜਵਾਇਆ ਨੂੰ ਬੈਲ ਬਗੈਤਾ ਤੁਹਾਨੂੰ ਨਾਲ ਦਿੱਤਾ ਜਾਵੇਗਾ ਵਾ ਕੇ ਚਲਾ ਕੇ ਚੈੱਕ ਕਰਨ ਦੀ ਪੂਰੀ ਗਾਰੰਟੀ ਦਿੱਤੀ ਜਾ ਰਹੀ ਹੈ ਮਾਲਕਾਂ ਵੱਲੋਂ ਟਰੈਕਟਰ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਹੈਗੀ ਕੀ ਕੋਈ ਯਾਨੀ ਕਿ ਢੱਲਮਾਸ ਨਹੀਂ ਹੈਗੀ। ਵਿਰਾਸਤਾਨ ਗੰਗਾ ਨਗਰ ਏਰੀਏ ਵਿਖੇ ਟਰੈਕਟਰ ਖੜਾ ਹੋਇਆ ਹੈ। ਤੇ ਕੀਮਤ ਇਹਦੀ ਰੱਖੀ ਗਈ ਹੈ ਜੀ 5 ਲੱਖ ਤੇ 30 ਹਜ਼ਾਰ ਰੁਪਈਆ। 5 ਲੱਖ 30 ਹਜ਼ਾਰ ਡਿਮਾਂਡ ਆ। ਨੰਬਰ ਮਾਲਕਾਂ ਦਾ ਆਪਾਂ ਥੱਲੇ ਦੇ ਰਹੇ ਹਾਂ। ਫੋਨ ਕਰਕੇ ਸੌਦਾ ਮਾਰ ਸਕਦੇ ਹੋ ਟਰੈਕਟਰ ਦਾ। ਅੱਗੇ ਆਪਣੇ ਕੋਲ ਆ ਜਾਂਦੀ ਹੈ ਜੀ ਕੇਐਸਏ ਤੂੜੀ ਵਾਲਾ ਰੀਪਰ। ਇਹ ਹੈਗਾ ਜੀ 2021 ਮਾਡਲ। ਇਹਦੇ ਲਫਾਫੇ ਲੂਹੂ ਮੇਰਾ ਜਰੂਰ ਲਏ ਆ ਪਰ ਅਨ ਟੱਚ ਪੀਸ ਦਮਾ ਨਹੀਂ ਚਲਾਇਆ ਹੋਇਆਗਾ ਹਾਲਤ ਵਗੈਰਾ ਪੂਰੀ ਓਕੇ ਆ ਠੀਕ ਹੈ ਜੀ ਬਿਲਕੁਲ ਵੀ ਯੂਜ਼ ਨਹੀਂ ਕੀਤਾ ਹੋਇਆਗਾ ਤੇ ਕੀਮਤ ਆ ਜਿਹੜੀ ਇਹਦੀ ਉਹ ਜੀ ਇਹਦੀ ਜਿੰਨੀ ਕਿ ਨਵਿਆ ਨਿਕਲਦਾ ਉਨੀ ਹੀ ਰੱਖੀ ਗਈ ਆ 320000 ਰੁਪਇਆ ਤੇਰੇ ਵਿੱਚੋਂ ਘਟਵਾਦ ਕੀਤਾ ਜਾਣਾ ਜਰੂਰ ਕਿਉਂਕਿ ਇੰਨੇ ਕਰੀ ਯਾਰ ਨਵੀਂ ਆ ਇਹ ਕਈ ਵੀਰ ਆਈਂ ਕਰਦੇ ਹੁੰਦੇ ਆ ਜਿਨ੍ਹਾਂ ਦੇ ਘਰੇ ਖੜੀ ਹੁੰਦੀ ਉਹ ਉਨੀ ਡਿਮਾਂਡ ਮੰਗਦੇ ਆ ਜਿੰਨੇ ਦੀ ਨਵੀਂ ਨਿਕਲਦੀ ਆ ਪਰ ਮੈਂ ਦੱਸ ਦੇਣਾ ਚਾਹੁੰਦਾ ਕਿ ਜਦੋਂ ਇਹ ਨਿਕਲੇ ਹੁੰਦੀਆਂ ਕੋਈ ਪਲਾਂਟ ਟਰੈਕਟਰ ਕੋਹਣਾ ਲਾ ਲੋ ਘਟ ਜਾਂਦੇ ਆ ਉਹਨਾਂ ਰੇਟ ਘਟ ਜਾਂਦੇ ਆ ਤੇ ਅੱਗੇ ਆਪਣੇ ਕੋਲ ਆ ਜਾਂਦੀ ਹੈ ਆਟੇ ਵਾਲੀ ਚੱਕੀ ਆਟੇ ਵਾਲੀ ਚੱਕੀ ਆ ਜਾਂਦੀ ਹੈ ਜੀ 2014 ਮਾਡਲ ਹੈ 2014 ਚ ਬਣੀ ਹੋਈ ਹੈ ਜੀ ਹਾਲਤ ਵਗੈਰਾ ਤੁਸੀਂ ਵੇਖ ਹੀ ਸਕਦੇ ਹੋ ਠੀਕ ਠਾਕ ਹਾਲਤ ਪਈ ਹੈ ਟਾਇਰ ਟੂਰ ਚੰਗੇ ਨੇ ਤੇ ਕੀਮਤਾ ਜੋ ਇਹਦੀ ਉਹ ਹੈਗੀ ਹੈ ਜੀ 55000 ਰੁਪਇਆ 55000 ਰੁਪਇਆ ਕੀਮਤ ਰੱਖੀ ਗਈ ਆ ਮੌਕੇ ਤੇ ਘਟਬੱਦ ਜ਼ਰੂਰ ਕਰਨਗੇ ਜੋ ਵੀ ਨੰਬਰ ਨੇ ਮਾਲਕਾਂ ਦੇ ਆਪਾਂ ਥੱਲੇ ਦੇ ਰਹੇ ਆ ਇਹਨਾਂ ਨੰਬਰਾਂ ਤੇ ਫੋਨ ਲਾ ਕੇ ਜਾਂ ਫਿਰ ਤੁਸੀਂ WhatsApp ਦੇ ਉੱਪਰ ਗੱਲਬਾਤ ਕਰਕੇ ਇਹਨਾਂ ਵੀਰਾਂ ਕੋਲੋਂ ਖਰੀਦ ਸਕਦੇ ਹੋ ਤੇ ਅੱਗੇ ਆਪਣੇ ਕੋਲ ਆ ਜਾਂਦਾ ਜੀ ਸੋਨਾ ਲੀਕਾ 75 RX4/4 ਟਰੈਕਟਰ ਸਭ ਤੋਂ ਪਹਿਲਾਂ ਟਰੈਕਟਰ ਦੇ ਆਪਾਂ ਮਾਡਲ ਦੀ ਗੱਲ ਕਰ ਲੈਣੀ ਹੈ ਜੀ ਇਹ ਹੈਗਾ 2011 ਮਾਡਲ 2011 ਮਾਡਲ ਆ ਪੂਰਾ ਓਕੇ ਪਿਆ ਹੋਇਆ ਜੀ ਸਾਫ਼ ਹਾਲਤ ਦੇ ਵਿੱਚ ਆ ਤੇ ਟਾਇਰ ਜੀ ਖਤਮੀ ਨੇ 35 ਪੈਸੇ ਪਰ ਹੈ ਨਾਲ ਦੇ ਆ 35 ਪੈਸੇ ਟਾਇਰ ਨਾਲ ਦੇ ਨੇ ਇਹਦੇ ਬਾਕੀ ਅੱਗੇ ਤੁਸੀਂ ਬੇਟ ਬੂਟ ਵਗੈਰਾ ਟੰਗ ਸਕਦੇ ਹੋ ਇਹਦੇ ਟਾਇਰ ਵਗੈਰਾ ਬਿਲਕੁਲ ਯਾਨੀ ਕਿ ਖਤਮੀ ਤੋਂ ਨਵੇਂ ਪਵਾਉਣੇ ਪੈਣਗੇ ਤੇ ਜੋ ਵੀ ਕੀਮਤ ਉਹ ਤੁਹਾਨੂੰ ਫੋਨ ਤੇ ਦੱਸੀ ਜਾਵੇਗੀ ਮਾਲਕਾਂ ਦੇ ਨੰਬਰ ਆਪਾਂ ਤੁਹਾਨੂੰ ਥੱਲੇ ਦੇ ਰਹੇ ਹਾਂ ਇਹਨਾਂ ਨੰਬਰਾਂ 'ਤੇ ਫੋਨ ਲਾ ਕੇ ਜਾਂ ਫਿਰ ਤੁਸੀਂ ਵਟਸਐਪ ਤੇ ਗੱਲ ਕਰਕੇ ਖਰੀਦ ਸਕਦੇ ਹੋ ਤੇ ਸਵੇਰ ਵਾਲੀ ਵੀਡੀਓ ਨਾ ਵੇਖਣੀ ਭੁੱਲਿਓ ਤੇ ਬਾਕੀ ਬਹੁਤ ਬਹੁਤ ਧੰਨਵਾਦ ਸਾਡੀ ਵੀਡੀਓ ਵੇਖਣ ਦੇ ਲਈ ਵਧੀਆ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ